ਇਹ ਵੀਰ ਜੀ ਪਿੰਡੋਂ ਆਏ ਨੇ ਬਸ 5 ਕੁ ਵਜੇ ਲਹਿਲ ਪਿੰਡ ਨੂੰ ਗਏ ਦੀ ਕਹਾ ਉਹਦੇ ਦੋਸਤਾਂ ਦਾ ਤਨ ਮਿਲਣ ਤੇ ਮੁੜਦਿਆਂ ਦੀ ਆ ਕੇ ਗੱਡੀ ਇਹਨਾਂ ਦੀ ਨਹਿਰ ਦੇ ਬ੍ਰੈਡਰ ਨਾਲ ਟਕਾ ਕੇ ਗੱਡੀ ਨਹਿਰ 'ਚ ਜਾ ਡਿੱਗੀ। ਉਹ ਐਨ ਆਰ ਆਈ ਸੀ ਬਾਹਰੋਂ ਆਏ ਸੀ ਅਤੇ ਰੋਟੀ ਖਾਣ ਲਈ ਡਿਨਰ ਕਰਨ ਲਈ ਜਾ ਰਹੇ ਸੀਗੇ ਜੀ ਮੰਡੀ ਅਹਿਮਦਗੜ੍ਹ ਢਾਬੇ 'ਤੇ। ਗੱਡੀ ਆ ਉਹ ਨਹਿਰ 'ਚ ਜਾ ਵੜੀ ਅਤੇ ਮੌਕੇ 'ਤੇ ਹੀ ਜਿਹੜੇ 5 ਬੰਦੇ ਸੀ ਉਹਨਾਂ ਦੀ ਡੈਥ ਹੋ ਗਈ। ਟੋਟਲ ਗੱਡੀ 'ਚ ਬੰਦੇ 6 ਸੀਗੇ ਜੀ। ਉਹ ਐਨ ਆਰ ਆਈ ਸੀਗਾ ਕਨੇਡਾ 'ਚੋਂ ਆਇਆ ਹੈ ਜੀ, ਜਤਿੰਦਰ। ਉਹ ਆਇਆ ਸੀ ਹੁਣ ਸਾਲ ਕੁ ਬਾਅਦ ਹੁਣ ਆਇਆ ਸੀਗਾ ਜਾਣੀ ਕਿ ਪੱਕਾ ਜੀ ਉੱਥੋਂ ਐਨ ਆਰ ਆਈ। ਹਾਂਜੀ ਉਹ ਪੱਕਾ ਐਨ ਆਰ ਆਈ। ਅਤੇ ਜਿਹਨੇ ਵਿੱਚੋਂ ਸਾਡਾ ਵੀਰ, ਸਾਡਾ ਭਰਾ ਕੁਲਦੀਪ ਸਿੰਘ ਅਤੇ ਸਾਡੇ ਜਿਹੜੇ ਭਣੋਈਆ ਸਾਹਿਬ ਸੀ ਹੈਪੀ ਜੀ ਅਤੇ ਉਹਨਾਂ ਦੇ ਗਾਹਾਂ ਦੋਸਤ, ਅਤੇ ਇੱਕ ਮੁੰਡਾ ਬਚ ਗਿਆ ਜਿਹੜਾ ਉਹ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ, ਉਹ ਵਿਚਾਰਾ ਕਿਸੇ ਤਰੀਕੇ ਨਾਲ ਬਾਹਰ ਆ ਗਿਆ। ਇੱਕ ਗੱਡੀ ਨਹਿਰ ਦੇ ਵਿੱਚ ਡਿੱਗੀ ਪਈ ਸੀਗੀ ਜਿਹੜੀ ਕਿ ਪੁੱਠੀ ਸੀ ਤਾਂ ਨੂੰ ਖੜੀ ਹੋਈ। ਕਿਹੜੀ ਗੱਡੀ ਕਿਹੜੀ ਸੀਗੀ ਜੀ? ਫੋਰਚੂਨਰ। ਕਿੰਨੇ ਕਿੰਨੇ ਬੰਦੇ ਸੀਗੇ ਉਹਦੇ? ਜਦੋਂ ਅਸੀਂ ਕਰੇਨ ਮੰਗਾ ਕੇ ਗੱਡੀ ਬਾਹਰ ਕੱਢੀ ਤਾਂ ਉਹਦੇ ਵਿੱਚੋਂ ਅਸੀਂ 5 ਡੈੱਡ ਬੋਡੀਆਂ ਵਿੱਚੋਂ ਆਪਣੇ ਬਾਹਰ ਕੱਢੀਆਂ। ਕੀ ਨਾਮ ਆ ਜੀ ਤੁਹਾਡਾ? ਮੇਰਾ ਕਰਪਾਲ ਸਿੰਘ, ਪਿੰਡ ਰੰਗਲਾ ਸਰਪੰਚ। ਇਹ ਵੀਰ ਜੀ ਪਿੰਡੋਂ ਆਏ ਨੇ ਬਸ 5 ਕੁ ਵਜੇ ਲਹਿਲ ਪਿੰਡ ਨੂੰ ਗਏ ਸੀ ਕਹਾਂ ਉਹਦੇ ਦੋਸਤਾਂ ਦਾ ਤਨ ਮਿਲਣ, ਅਤੇ ਮੁੜਦਿਆਂ ਦੀ ਆ ਕੇ ਗੱਡੀ ਇਹਨਾਂ ਦੀ ਨਹਿਰ ਦੇ ਬ੍ਰੈਡਰ ਨਾਲ ਟਕਾ ਕੇ ਗੱਡੀ ਨਹਿਰ 'ਚ ਜਾ ਡਿੱਗੀ। ਅੱਛਾ ਜੀ, ਕਿੰਨੇ ਬੰਦੇ ਸੀਗੇ ਜੀ ਟੋਟਲ? ਇਹ ਟੋਟਲ ਗੱਡੀ 'ਚ ਬੰਦੇ 6 ਸੀਗੇ ਜੀ। ਕੋਈ ਬਾਹਰੋਂ ਬਾਹਰੋਂ ਵੀ ਆਏ ਨੇ? ਕੀ ਹੈ? ਇੱਕ ਮੇਰਾ ਯਾਰ ਤੀ ਪੂਰਾ, ਸਾਰੇ ਹੀ ਦੋਸਤ ਹੀ ਮੇਰੇ ਪੱਕੇ, ਅਸੀਂ ਬਹਿੰਦੇ ਉੱਠਦੇ ਹਾਂ ਇਕੱਠੇ। ਉਹ ਐਨ ਆਰ ਆਈ ਸੀਗਾ ਕਨੇਡਾ 'ਚੋਂ ਆਇਆ ਹੈ ਜੀ, ਜਤਿੰਦਰ। ਉਹ ਆਇਆ ਸੀ ਹੁਣ ਸਾਲ ਕੁ ਬਾਅਦ ਹੁਣ ਆਇਆ ਸੀਗਾ ਜਾਣੀ ਕਿ ਪੱਕਾ ਜੀ ਉੱਥੋਂ ਐਨ ਆਰ ਆਈ? ਹਾਂਜੀ ਉਹ ਪੱਕਾ ਐਨ ਆਰ ਆਈ। ਅਤੇ ਉਹਦੇ ਨਾਲ ਹੋਰ ਕੌਣ ਕੌਣ ਸੀਗਾ? ਉਹਦੇ ਨਾਲ ਉਹਦਾ ਇੱਕ ਰਿਸ਼ਤੇਦਾਰ ਸੀ ਕੁਲਦੀਪ ਲਹਿੜ ਤੋਂ, ਅਤੇ ਇੱਕ ਯਾਰ ਦੋਸਤ ਸੀ ਪਿੰਡੋਂ ਜਗਤਾਰ ਸਿੰਘ ਮੇਰੇ ਪਿੰਡ ਦਾ, ਇੱਕ ਜਗਦੀਪ ਸਿੰਘ ਰੁੜਕੇ ਤੋਂ ਸੀਗਾ ਉਹ ਵੀ ਯਾਰ ਦੋਸਤ ਸੀ, ਇੱਕ ਜੱਗਾ ਮੁੰਡਾ ਸੀਗਾ ਯਾਰ ਦੋਸਤ ਬਲਪੁਰ ਪਿੰਡ ਤੋਂ, ਇੱਕ ਕਿਹੜਾ ਮੁੰਡਾ ਸੀਵਾਂ ਬਚਿਆ ਉਹ ਜਾਣੀ ਕਿ ਮਗਰੋਂ ਸ਼ੀਸ਼ਾ ਟੁੱਟਣ ਕਾਰਨ ਉਹ ਬਚ ਗਿਆ। ਅੱਛਾ ਜੀ, ਹਾਂਜੀ। ਕੀ ਲੱਗਦਾ ਕੀ ਕਾਰਨ ਰਹੇ ਨੇ ਜੀ? ਕਾਰਨ ਜੀ ਬਸ ਰੱਬ ਨੂੰ ਹੀ ਪਤਾ ਵੀ ਕੀ ਕਾਰਨ, ਗੱਡੀ ਜਾਂ ਤੇਜ਼ ਕੀ ਗੱਲਬਾਤ ਹੋਈ ਆ ਕੋਈ ਸਮਝ ਨਹੀਂ ਆ। ਸਰਪੰਚ ਸਾਹਿਬ ਲੱਗਦਾ ਵੀ ਤੇਜ਼ ਰਫ਼ਤਾਰੀ ਹੋ ਸਕਦਾ ਕਾਰਨ ਜੀ? ਹੁਣ ਇਹ ਨਹੀਂ ਕੁਛ ਕਹਿ ਸਕਦੇ, ਜਾਣੀ ਕਿ ਬਹੁਤ ਮਾੜੀ ਗੱਲ ਹੋਈ ਆ। ਮੇਰਾ ਨਾਮ ਜਗਦੀਪ ਸਿੰਘ ਆ ਜੀ। ਬਈ ਕੀ ਹਾਦਸਾ ਵਾਪਰਿਆ ਜਿਹੜਾ ਰਾਤ ਸੀਗਾ, ਇੱਕ ਐਕਸੀਡੈਂਟ ਹੋਇਆ ਉਹਦੇ ਵਿੱਚ 5 ਮੌਤਾਂ ਨੇ? ਇਹ ਨਾ ਜੀ, ਮੇਰੇ ਪਿੰਡ ਤੋਂ ਸਾਡਾ ਭਰਾ ਸੀਗਾ ਕੁਲਦੀਪ ਸਿੰਘ, ਅਤੇ ਉਹਨਾਂ ਦੇ ਭੜੋਈਆ ਸਾਹਿਬ ਸੀਗੇ ਹੈਪੀ ਨੰਗਲ ਜੀ। ਉਹ ਐਨ ਆਰ ਆਈ ਸੀ ਬਾਹਰੋਂ ਆਏ ਸੀ, ਅਤੇ ਕੱਲ੍ਹ ਆਪਣੇ ਦੋਸਤਾਂ ਮਿੱਤਰਾਂ ਨਾਲ ਪਹਿਲਾਂ ਇੱਥੇ ਬੇਰ ਆਏ, ਕੋਈ ਅਫਸੋਸ ਕਰਨਾ ਸੀ, ਅਤੇ ਬੇਰ ਤੋਂ ਬਾਅਦ ਰੋਟੀ ਖਾਣ ਲਈ ਡਿਨਰ ਕਰਨ ਲਈ ਜਾ ਰਹੇ ਸੀਗੇ ਜੀ ਮੰਡੀ ਅਹਿਮਦਗੜ੍ਹ ਢਾਬੇ 'ਤੇ, ਅਤੇ ਰਸਤੇ ਦੇ ਵਿੱਚ ਇਹ ਬੜਾ ਭਿਆਨਕ ਹਾਦਸਾ ਵਾਪਰਿਆ ਜੀ, ਜਿਹੜਾ ਗੱਡੀ ਆ ਉਹ ਨਹਿਰ 'ਚ ਜਾ ਵੜੀ, ਅਤੇ ਮੌਕੇ 'ਤੇ ਹੀ ਜਿਹੜੇ 5 ਬੰਦੇ ਸੀ ਉਹਨਾਂ ਦੀ ਡੈਥ ਹੋ ਗਈ, ਅਤੇ ਜਿਹਨੇ ਵਿੱਚੋਂ ਸਾਡਾ ਵੀਰ, ਸਾਡਾ ਭਰਾ ਕੁਲਦੀਪ ਸਿੰਘ ਅਤੇ ਸਾਡੇ ਜਿਹੜੇ ਭਣੋਈਆ ਸਾਹਿਬ ਸੀ ਹੈਪੀ ਜੀ ਅਤੇ ਉਹਨਾਂ ਦੇ ਗਾਹਾਂ ਦੋਸਤ, ਅਤੇ ਇੱਕ ਮੁੰਡਾ ਬਚ ਗਿਆ ਜਿਹੜਾ ਉਹ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਸੀ, ਉਹ ਵਿਚਾਰਾ ਕਿਸੇ ਤਰੀਕੇ ਨਾਲ ਬਾਹਰ ਆ ਗਿਆ। ਅਤੇ ਜੀ ਜੇ ਕੀ ਲੱਗਦਾ ਕੀ ਕਰ ਰਹੇ ਨੇ, ਵੀ ਕਿਵੇਂ ਹੋਇਆ ਹਾਦਸਾ, ਪਤਾ ਲੱਗਿਆ ਕੁਛ? ਦੇਖੋ ਸਾਨੂੰ ਤਾਂ ਇਹੀ ਲੱਗਿਆ ਜੀ ਵੀ ਜਾਂ ਤਾਂ ਕੋਈ, ਮੈਨੂੰ ਲੱਗਦਾ ਅਗਰ ਕੋਈ ਲਾਈਟਾਂ ਲੂਟਾਂ ਅੱਖਾਂ 'ਚ ਪੈ ਗਈਆਂ ਅਤੇ ਗੱਡੀ ਬੇਕੰਟਰੋਲ ਹੋ ਗਈ ਜੀ। ਜਿਹੜੇ ਹਾਲਾਤ ਅਤੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਉਹ ਇਹੀ ਦੱਸਿਆ ਜੀ। ਜਿਹੜੇ ਜਿਵੇਂ ਕੈਨੇਡਾ ਤੋਂ ਆਏ ਸੀ ਉਹਨਾਂ ਦੇ ਨਾਲ ਹੋਰ ਉਹਨਾਂ ਦਾ ਕੋਈ ਰਿਸ਼ਤੇਦਾਰ ਕੌਣ ਸੀਗੇ ਜੀ? ਉਹ ਮਿੱਤਰ ਦੋਸਤ ਸੀਗੇ ਜੀ, ਰਿਸ਼ਤੇਦਾਰ ਤਾਂ ਉਹਨਾਂ ਦਾ ਸਾਲਾ ਸਾਹਿਬ ਜੋ ਸਾਡੇ ਪਿੰਡ ਤੋਂ ਸੀਗੇ ਕੁਲਦੀਪ ਸਿੰਘ, ਉਹੀ ਸੀਗੇ ਜੀ ਲਹਿਣ ਉਹਨਾਂ ਦੀ ਵੀ ਡੈਥ ਹੋਈ? ਉਹ ਵੀ ਮੌਕੇ 'ਤੇ ਡੈਥ ਹੋ ਗਈ ਜੀ। ਠੀਕ। ਮੈਂ ਸਾਊਡ ਵੀ ਚੈਕਿੰਗ 'ਤੇ ਸੀਗਾ ਡਿਊਟੀਆਂ ਦੇ ਆਪਣੇ ਦੇ ਸੰਬੰਧ ਵਿੱਚ, ਮੈਨੂੰ ਕੰਟਰੋਲ ਤੋਂ ਫੋਨ ਆਇਆ ਸੀ ਕਿ ਇੱਕ ਜਗੇੜੇ ਪੁਲ ਲਾ ਕੇ ਗੱਡੀ ਨਹਿਰ 'ਚ ਡਿੱਗ ਪਈ ਆ, ਤਾਂ ਮੈਂ ਤੁਰੰਤ ਅਸੀਂ ਮੌਕੇ 'ਤੇ ਪੁੱਜੇ। ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉੱਥੇ ਆਪਣੇ ਰਾਹਗੀਰਾਂ ਨਾਲ ਇਕੱਠ ਵੀ ਹੋਇਆ ਸੀਗਾ, ਤਾਂ ਇੱਕ ਗੱਡੀ ਨਹਿਰ ਦੇ ਵਿੱਚ ਡਿੱਗੀ ਪਈ ਸੀਗੀ ਜਿਹੜੀ ਕਿ ਪੁੱਠੀ ਸੀ ਤਾਂ ਨੂੰ ਖੜੀ ਹੋਈ। ਕਿਹੜੀ ਗੱਡੀ ਕਿਹੜੀ ਸੀਗੀ ਜੀ? ਫੋਰਚੂਨਰ। ਉਹਦੇ ਜਦੋਂ ਅਸੀਂ ਕਰੇਨ ਮੰਗਾ ਕੇ ਗੱਡੀ ਬਾਹਰ ਕੱਢੀ ਤਾਂ ਉਹਦੇ ਵਿੱਚੋਂ ਅਸੀਂ 5 ਡੈੱਡ ਬੋਡੀਆਂ ਵਿੱਚੋਂ ਆਪਣੇ ਬਾਹਰ ਕੱਢੀਆਂ, ਅਤੇ ਆਪਣੇ ਸੀਨੀਅਰ ਅਫਸਰਾਂ ਨੋਟਿਸ ਵਿੱਚ ਲਿਆਂਦਾ, ਫਿਰ ਅਸੀਂ ਡੈੱਡ ਬੋਡੀਆਂ ਬਾਹਰ ਕੱਢ ਕੇ ਅਤੇ ਇਹਨੂੰ ਸਿਵਲ ਹਸਪਤਾਲ ਮੌਤਰੀ 'ਤੇ ਰਖਾਇਆ ਗਿਆ। ਇਹਨਾਂ ਦੇ ਵਾਰਸਾਂ ਨਾਲ ਸੰਪਰਕ ਕੀਤਾ। ਜਿਹੜਾ ਵਿਅਕਤੀ ਬਚਿਆ ਉਹ ਕਿੱਦਾਂ ਬਚਿਆ ਜੀ? ਉਹ ਹਾਂਜੀ ਉਹ ਵੀ ਦੱਸਦੇ ਹਾਂ ਗੱਲ। ਉਹ ਇੱਦਾਂ ਹੋਇਆ ਕਿ ਉਹਨੂੰ ਅਸੀਂ ਜਾ ਕੇ ਉਸ ਪੜਤਾਲ ਕੀਤੀ, ਉਹ ਕਹਿੰਦਾ ਵੀ ਮੈਂ ਫੋਰਚੂਨ ਗੱਡੀ ਦੀ ਬੈਕ ਸਾਈਡ
ਪਿਆ ਸੀਗਾ। ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਲਖਤ ਵੀ ਗੱਡੀ ਜੰਪ ਹੋਈ ਅਤੇ ਜੰਪ ਹੋਣ ਨਾਲ ਕਹਿੰਦਾ ਵੀ ਉਹ ਸ਼ੀਸ਼ਾ ਜਿਹੜਾ ਸੀ ਪਹਿਲਾਂ ਮਤਲਬ ਫੁੱਟ ਗਿਆ ਅਤੇ ਮੈਂ ਬੁੜ ਕੇ ਬਾਹਰ ਆ ਗਿਆ ਨਹਿਰ ਦੇ ਕੰਢੇ ਤੋਂ। ਉਹ ਨਹਿਰ ਦੇ ਕੰਢੇ 'ਤੇ ਸੀ ਕਿ ਵਿੱਚ ਸੀਗਾ ਵੀ ਉਹ ਵਿੱਚ ਨਹਿਰ ਦੇ ਕੰਢੇ ਵਿੱਚੋਂ? ਅੱਛਾ ਜੀ, ਜਿਹੜੇ ਬੰਦੇ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਜੇ ਕੋਈ ਇਹ ਇਹਨਾਂ ਦੇ ਵਿੱਚ ਇੱਕ ਜਤਿੰਦਰ ਹੈਪੀ ਸੀ ਮੁੰਡਾ ਪਿੰਡ ਨੰਗਲਾਂ ਤੋਂ, ਉਹ ਫੋਰਨ ਆਪਣੇ ਕਨੇਡਾ ਤੋਂ ਆਇਆ ਵਿਆ, ਉਹ ਆਪਣੇ ਸਹੁਰੇ ਘਰ ਪਿੰਡ ਲਹਿੜ ਗਿਆ ਸੀ ਜਾਂ ਉਹਦੀ ਇੱਕ ਬੇਰਿਸ਼ਤੇ ਉੱਥੇ ਗਿਆ ਸੀ, ਉੱਥੋਂ ਇਹ ਉਹਨਾਂ ਨੂੰ ਮਿਲ ਕੇ ਅਫਸੋਸ ਕਰਕੇ ਵਾਪਸ ਆ ਰਹੇ ਸੀਗੇ। ਤਾਂ ਇਹਨਾਂ ਨੇ ਖਾਣਾ ਖਾਣਾ ਸੀ ਗ੍ਰੀਨ ਬੋਰਡ ਢਾਬੇ ਦੇ ਰਾਤ ਦੇ ਵੀ, ਚਲੋ ਜੱਕ ਉੱਥੇ ਖਾਣਾ ਖਾਣਾ, ਜਿਹੜੀ ਸਾਨੂੰ ਗੱਲ ਦਾ ਪਤਾ ਲੱਗਿਆ। ਇਹ ਸਰ ਆਏ ਕਿੱਥੋਂ ਸੀ ਜਿਵੇਂ ਕਿ ਪਤਾ ਲੱਗਿਆ ਕਿਸੇ ਭਾਰਤ ਬੈਂਕ ਤੋਂ ਮੋਟਰ ਤੋਂ ਆਏ ਸੀ ਵੀ ਉੱਥੋਂ ਤੋਂ ਇੱਧਰੋਂ ਜਾ ਰਹੇ ਸੀਗੇ? ਨਹੀਂ ਜੀ ਨਹੀਂ, ਇਹ ਪਿੰਡ ਲਹਿਰ ਅਤੇ ਬੀਰ ਗਏ ਸੀ। ਇਹ ਹਾਦਸਾ ਕਿੰਨੇ ਕੁ ਵਜੇ ਵਾਪਰਿਆ ਜੀ? 11 ਕੁ ਵਜੇ ਸਮਥਿੰਗ ਕਰੀਬ। ਦੋ ਦਾ ਤਾਂ ਪਤਾ ਲੱਗਿਆ, ਬਾਕੀ ਜਿਹੜੇ ਤਿੰਨ ਜਣੇ ਨੇ ਉਹ ਕਿੱਥੇ ਦੇ ਰਹਿਣੇ ਵਾਲੇ? ਇੱਕ ਮੁੰਡਾ ਹੈਗਾ ਜੀ ਤਿੰਨ ਨੰਗਲਾਂ ਦੇ ਨੇ, ਇੱਕ ਗੋਪਾਲਪੁਰ ਦਾ, ਇੱਕ ਰੁੜਕੇ ਦਾ, ਇੱਕ ਮੁੰਡਾ ਲਹਿਰ ਦਾ, ਜਿਹਨਾਂ ਵਿੱਚੋਂ 5 ਦੀ ਡੈਥ ਹੋਈ ਆ। ਜਿਹੜਾ 6ਵਾਂ ਬੰਦਾ ਬਚਿਆ ਉਹ ਵੀ ਸੰਦੀਪ ਸਿੰਘ ਸਨੀ, ਪਿੰਡ ਨੰਗਲਾਂ ਦਾ ਹੀ ਰਹਿਣ ਵਾਲਾ। ਉਮਰ ਕਿੰਨੀ ਕਹਿੰਦਾ ਦੀ ਕਰੀਬ? ਕਿਸੇ ਦੀ 45 ਸਾਲ, ਕਿਸੇ ਦੀ 29 ਸਾਲ, ਕਿਸੇ ਦੀ 40 ਸਾਲ, ਵੱਖ ਵੱਖ। ਇਹ ਸਾਰੇ ਯਾਰ ਦੋਸਤ ਸੀਗੇ? ਆਪਸ ਵਿੱਚ ਯਾਰ ਦੋਸਤ ਤੇ ਆਪਸ ਵਿੱਚ ਰਿਸ਼ਤੇਦਾਰ। ਹਾਦਸੇ ਦਾ ਕੁਝ ਪਤਾ ਲੱਗਿਆ ਵੀ ਕੀ? ਉਹ ਗੱਡੀ ਤੇਜ਼ ਰਫ਼ਤਾਰ ਹੋ ਗਈ ਜੀ, ਉਹ ਉਹਨਾਂ ਨੂੰ ਬਸ ਉਹ ਤੇਜ਼ ਰਫ਼ਤਾਰ ਹੋਣ ਕਰਕੇ ਜਿਹੜੀ ਨਹਿਰ ਦੇ ਨਾਲ ਡਿਵਾਈਡਰ ਬਣਿਆ ਉਹਨਾਂ ਟਕਰਾਉਣ ਕਰਕੇ ਗੱਡੀ ਅਨਕੰਟਰੋਲ ਹੋ ਕੇ ਨਹਿਰ 'ਚ ਜਾ ਡਿੱਗੀ। ਤੇਜ਼ ਰਫ਼ਤਾਰੀ ਕਹਿ ਸਕਦੇ ਹਾਂ? ਹਾਂਜੀ ਬਿਲਕੁਲ। ਤੇ ਜਿਹੜੀ ਹੁਣ ਜੀ ਆਪਣੇ ਇਹਨਾਂ ਦੀ ਕੀ ਕਾਰਵਾਈ ਕੀਤੀ ਜਾ ਰਹੀ? ਇਹਨਾਂ ਦੀ ਅਸੀਂ 174 ਦੀ ਕਾਰਵਾਈ ਕਰਨ ਲੱਗੇ, ਜਿਹੜਾ ਬੰਦਾ ਇੰਜਰਡ ਆ ਉਹਦੇ ਬਿਆਨ 'ਤੇ। ਉਹ ਕਿੱਥੇ ਦਾਖਲ ਆ? ਕਿੱਥੇ? ਉਹ ਸਿਵਲ ਹਸਪਤਾਲ ਆਪਣੇ ਦਿੱਲੋ। ਤੇ ਜਿਹੜੀਆਂ ਦੂਸਰੀਆਂ ਲਾਸ਼ਾਂ ਨੇ 5 ਬੰਦੇ, ਉਹ ਅਸੀਂ ਰਖਾ ਦਿੱਤੀਆਂ ਸਿਵਲ ਹਸਪਤਾਲ ਮੋਰਟਰੀ ਹਾਊਸ ਲੁਧਿਆਣਾ।